ਜਿਵੇਂ ਕਿ ਤੁਸੀਂ ਕੈਬਨਿਟ ਨੂੰ ਦੇਖ ਰਹੇ ਹੋ, ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਇਸ ਜਗ੍ਹਾ 'ਤੇ ਜੋ ਹੈ SMPS ਨੂੰ ਅਟੈਚ ਕਰਾਂਗੇ। SMPS ਨੂੰ ਕਿਵੇਂ ਅਟੈਚ ਕਰਨਾ ਹੈ ਉਸ ਦੀ ਜਾਣਕਾਰੀ ਹੁਣ ਮੈਂ ਦੇਣ ਜਾ ਰਹੀ ਹਾਂ। ਕੈਬਨਿਟ ਦੇ ਵਿੱਚ SMPS ਨੂੰ ਲਗਾਉਣ ਜਾ ਰਹੀ ਹਾਂ। SMPS ਨੂੰ ਅਸੀਂ ਇਸ ਜਗ੍ਹਾ 'ਤੇ ਲਗਾਵਾਂਗੇ। ਇਸ ਨੂੰ ਪ੍ਰੋਪਰ ਤਰੀਕੇ ਨਾਲ ਫਿੱਟ ਕਰਨ ਲਈ ਅਸੀਂ ਸਕਰਿਊ ਡਰਾਈਵਰ ਦੀ ਹੈਲਪ ਲਵਾਂਗੇ ਤਾਂ ਜੋ ਅਸੀਂ ਇਸ ਨੂੰ ਪ੍ਰੋਪਰ ਤਰੀਕੇ ਨਾਲ ਕੈਬਨਿਟ ਦੇ ਵਿੱਚ ਅਟੈਚ ਕਰ ਸਕੀਏ। SMPS ਨੂੰ ਪ੍ਰੋਪਰ ਤਰੀਕੇ ਨਾਲ ਫਿੱਟ ਕਰਨ ਲਈ ਸਕਰਿਊ ਡਰਾਈਵਰ ਦੀ ਹੈਲਪ ਦੇ ਨਾਲ ਇਸ ਨੂੰ ਫਿੱਟ ਕਰਾਂਗੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਸ ਜਗ੍ਹਾ 'ਤੇ SMPS ਪ੍ਰੋਪਰ ਤਰੀਕੇ ਨਾਲ ਕੈਬਨਿਟ ਦੇ ਵਿੱਚ ਫਿੱਟ ਹੋ ਚੁੱਕੀ ਹੈ। ਹੁਣ ਅਸੀਂ SMPS ਨੂੰ ਅਟੈਚ ਕਰਨ ਤੋਂ ਬਾਅਦ ਨੈਕਸਟ ਦੱਸਾਂਗੇ ਕਿ ਮਦਰਬੋਰਡ ਨੂੰ ਅਸੀਂ ਕਿਵੇਂ ਅਟੈਚ ਕਰਨਾ ਹੈ। SMPS ਨੂੰ ਅਟੈਚ ਕਰਨ ਤੋਂ ਬਾਅਦ ਹੁਣ ਅਸੀਂ ਇਸ ਜਗ੍ਹਾ ਦੇ ਉੱਪਰ ਮਦਰਬੋਰਡ ਨੂੰ ਲਗਾਵਾਂਗੇ। ਮਦਰਬੋਰਡ ਨੂੰ ਪ੍ਰੋਪਰ ਤਰੀਕੇ ਨਾਲ ਕੈਬਨਿਟ ਦੇ ਵਿੱਚ ਫਿੱਟ ਕਰਨ ਲਈ ਇਸ ਜਗ੍ਹਾ 'ਤੇ ਸਾਡੇ ਕੋਲ ਕੁਝ ਹੋਲ ਦਿੱਤੇ ਹੋਏ ਹਨ। ਇਹਨਾਂ ਹੋਲਸ ਦੀ ਹੈਲਪ ਦੇ ਨਾਲ ਅਤੇ ਸਕਰਿਊ ਡਰਾਈਵਰ ਦੀ ਹੈਲਪ ਦੇ ਨਾਲ ਅਸੀਂ ਇਸ ਜਗ੍ਹਾ 'ਤੇ ਮਦਰਬੋਰਡ ਨੂੰ ਪ੍ਰੋਪਰ ਤਰੀਕੇ ਨਾਲ ਫਿੱਟ ਕਰ ਦੇਵਾਂਗੇ। ਹੁਣ ਅਸੀਂ ਇਸ ਜਗ੍ਹਾ ਦੇ ਉੱਪਰ ਮਦਰਬੋਰਡ ਨੂੰ ਲਗਾਵਾਂਗੇ। ਜਦੋਂ ਸਾਡੇ ਸਾਹਮਣੇ ਇਸ ਜਗ੍ਹਾ 'ਤੇ ਪ੍ਰੋਪਰ ਤਰੀਕੇ ਨਾਲ ਸਾਰੀਆਂ ਪੋਰਟ ਦਿਖਾਈ ਦੇਣ ਲੱਗ ਜਾਣ ਤਾਂ ਇਸਦਾ ਮਤਲਬ ਕਿ ਸਾਡੇ ਸਿਸਟਮ ਦੇ ਵਿੱਚ ਮਦਰਬੋਰਡ ਪ੍ਰੋਪਰ ਤਰੀਕੇ ਨਾਲ ਜੋ ਹੈ ਅਟੈਚ ਹੋ ਚੁੱਕੀ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਸ ਜਗ੍ਹਾ ਦੇ ਉੱਪਰ ਸਾਡੇ ਕੋਲ ਸੀਰੀਅਲ ਅਤੇ ਪੈਰਲਲ ਪੋਰਟਸ ਦਿਖਾਈ ਦੇ ਰਹੀਆਂ ਹਨ ਅਤੇ ਇਸਦਾ ਮਤਲਬ ਕਿ ਕੈਬਨਿਟ ਦੇ ਵਿੱਚ ਮਦਰਬੋਰਡ ਪ੍ਰੋਪਰ ਤਰੀਕੇ ਨਾਲ ਜੋ ਹੈ ਅਟੈਚ ਹੋ ਚੁੱਕੀ ਹੈ। ਮਦਰਬੋਰਡ ਨੂੰ ਪ੍ਰੋਪਰ ਤਰੀਕੇ ਨਾਲ ਫਿੱਟ ਕਰਨ ਲਈ ਅਸੀਂ ਕੁਝ ਸਕਰਿਊ ਅਤੇ ਸਕਰਿਊ ਡਰਾਈਵਰ ਨੂੰ ਯੂਜ਼ ਕਰਾਂਗੇ, ਜੋ ਕਿ ਮੈਂ ਹੁਣ ਦੱਸਣ ਜਾ ਰਹੀ ਹਾਂ। ਹੁਣ ਅਸੀਂ ਸਕਰਿਊ ਅਤੇ ਸਕਰਿਊ ਡਰਾਈਵਰ ਦੀ ਹੈਲਪ ਦੇ ਨਾਲ ਮਦਰਬੋਰਡ ਨੂੰ ਇਸ ਕੈਬਨਿਟ ਦੇ ਵਿੱਚ ਫਿੱਟ ਕਰ ਰਹੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਹੁਣ ਕੈਬਨਿਟ ਦੇ ਵਿੱਚ ਮਦਰਬੋਰਡ ਪ੍ਰੋਪਰ ਤਰੀਕੇ ਨਾਲ ਫਿੱਟ ਹੋ ਚੁੱਕੀ ਹੈ ਅਤੇ ਹੁਣ ਅਸੀਂ ਮਦਰਬੋਰਡ ਨੂੰ ਸਪਲਾਈ ਦੇਣ ਲਈ SMPS ਦੀ ਕੇਬਲ ਨੂੰ ਯੂਜ਼ ਕਰਾਂਗੇ ਤਾਂ ਜੋ SMPS ਦੇ ਥਰੂ ਅਸੀਂ ਮਦਰਬੋਰਡ ਨੂੰ ਜੋ ਹੈ ਪਾਵਰ ਸਪਲਾਈ ਕਰ ਸਕੀਏ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਮਦਰਬੋਰਡ ਪ੍ਰੋਪਰ ਤਰੀਕੇ ਨਾਲ ਕੈਬਨਿਟ ਦੇ ਵਿੱਚ ਫਿੱਟ ਹੋ ਚੁੱਕੀ ਹੈ। ਹੁਣ ਅਸੀਂ ਚਾਹੁੰਦੇ ਹਾਂ ਕਿ ਮਦਰਬੋਰਡ ਨੂੰ ਪਾਵਰ ਸਪਲਾਈ ਦਿੱਤੀ ਜਾਵੇ। ਮਦਰਬੋਰਡ ਨੂੰ ਪਾਵਰ ਸਪਲਾਈ ਦੇਣ ਲਈ ਅਸੀਂ SMPS ਦੀ ਇਸ ਵਾਇਰ ਦੇ ਥਰੂ ਇਸ ਨੂੰ ਪਾਵਰ ਸਪਲਾਈ ਕਰਾਂਗੇ, ਜਿਸ ਨੂੰ ਅਸੀਂ ਕਹਿੰਦੇ ਹਾਂ ATX ਪਾਵਰ ਸਪਲਾਈ। ਹੁਣ ਅਸੀਂ ਇਸ ਜਗ੍ਹਾ 'ਤੇ ਇਸ ਨੂੰ ਅਟੈਚ ਕਰ ਰਹੇ ਹਾਂ। ਜਦੋਂ ਅਸੀਂ ਇਸ ਵਾਇਰ ਨੂੰ ਇਸ ਜਗ੍ਹਾ 'ਤੇ ਅਟੈਚ ਕਰ ਦਿੰਦੇ ਹਾਂ ਤਾਂ ਉਸ ਤੋਂ ਬਾਅਦ ਮਦਰਬੋਰਡ ਦੇ ਵਿੱਚ ਪਾਵਰ ਸਪਲਾਈ ਜਾਣੀ ਸ਼ੁਰੂ ਹੋ ਜਾਂਦੀ ਹੈ। ਅਤੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗੀ ਕਿ ਜੇਕਰ ਅਸੀਂ ਪ੍ਰੋਸੈਸਰ ਫੈਨ ਨੂੰ ਵੀ ਅਸੀਂ ਪਾਵਰ ਦੇਣ ਲਈ ਮਦਰਬੋਰਡ ਦੇ ਉੱਪਰ ਜੋ ਸਾਨੂੰ CPU ਫੈਨ ਦੀਆਂ ਪਿੰਸ ਦਿਖਾਈ ਦੇ ਰਹੀਆਂ ਹਨ ਉਸ ਜਗ੍ਹਾ 'ਤੇ ਅਸੀਂ ਇਸ ਨੂੰ ਅਟੈਚ ਕਰਾਂਗੇ ਤਾਂ ਜੋ ਪ੍ਰੋਸੈਸਰ ਫੈਨ ਆਪਣਾ ਕੰਮ ਕਰ ਸਕੇ। ਇਸ ਤਰ੍ਹਾਂ ਅਸੀਂ ਪ੍ਰੋਸੈਸਰ ਫੈਨ ਨੂੰ ਮਦਰਬੋਰਡ ਦੇ ਨਾਲ ਅਟੈਚ ਕਰ ਦੇਵਾਂਗੇ ਅਤੇ ਉਸਨੂੰ ਅਟੈਚ ਕਰਨ ਤੋਂ ਬਾਅਦ ਦੇਖਾਂਗੇ ਕਿ ਇਸ ਵਿੱਚ ਵੀ ਪਾਵਰ ਸਪਲਾਈ ਆਉਣੀ ਸ਼ੁਰੂ ਹੋ ਜਾਵੇਗੀ। ਹੁਣ ਅਸੀਂ ਇਸ ਕੇਬਲ ਨੂੰ ਇਸ ਜਗ੍ਹਾ 'ਤੇ ਅਟੈਚ ਕਰਾਂਗੇ। ਹੁਣ ਮੈਂ ਦੱਸਣ ਜਾ ਰਹੀ ਹਾਂ ਫਰੰਟ ਪੈਨਲ ਕਨੈਕਟਰਸ ਦੇ ਬਾਰੇ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਮਦਰਬੋਰਡ ਦੇ ਨਾਲ ਕਨੈਕਟ ਕਰ ਸਕਦੇ ਹਾਂ। ਜਿਵੇਂ ਕਿ ਮੇਰੇ ਕੋਲ ਕੁਝ ਕਨੈਕਟਰਸ ਨੇ ਲਾਈਕ USB, ਆਡੀਓ, ਹਾਰਡ ਡਰਾਈਵ LED, ਪਾਵਰ ਸਵਿੱਚ ਕਨੈਕਟਰ ਐਂਡ ਪਾਵਰ LED ਕਨੈਕਟਰਸ। ਹੁਣ ਮੈਂ ਦੱਸਾਂਗੀ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਮਦਰਬੋਰਡ ਦੇ ਨਾਲ ਅਟੈਚ ਕਰ ਸਕਦੇ ਹਾਂ ਅਤੇ ਇਹਨਾਂ ਦਾ ਕੀ ਫੰਕਸ਼ਨ ਹੈ। ਸਭ ਤੋਂ ਪਹਿਲਾਂ ਮੈਂ ਆਡੀਓ ਕਨੈਕਟਰ ਦੇ ਬਾਰੇ ਗੱਲ ਕਰ ਰਹੀ ਹਾਂ ਕਿ ਅਸੀਂ ਕਿਸ ਤਰ੍ਹਾਂ ਇਸ ਨੂੰ ਮਦਰਬੋਰਡ ਦੇ ਨਾਲ ਕਨੈਕਟ ਕਰਨਾ ਹੈ। ਇਸ ਨੂੰ ਕਨੈਕਟ ਕਰਨ ਲਈ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਸ ਕਨੈਕਟਰ ਦੇ ਵਿੱਚ ਸਾਡੇ ਕੋਲ ਕੁਝ ਹੋਲਸ ਦਿਖਾਈ ਦੇ ਰਹੇ ਹਨ, ਬਟ ਇੱਕ ਹੋਲ ਜੋ ਹੈ ਕਲੋਜ਼ ਹੈ। ਇਸੇ ਤਰ੍ਹਾਂ ਹੀ ਅਸੀਂ ਮਦਰਬੋਰਡ ਦੇ ਉੱਪਰ ਉਸੇ ਤਰ੍ਹਾਂ ਦੀ ਪਿੰਸ ਦੇਖਾਂਗੇ ਕਿ ਜੋ ਸੈਕਿੰਡ ਨੰਬਰ 'ਤੇ ਹੋਲ ਕਲੋਜ਼ ਆ ਰਹੀ ਹੈ ਉਸ ਜਗ੍ਹਾ 'ਤੇ ਪਿੰਨ ਨਾ ਹੋਵੇ। ਇਸੇ ਤਰ੍ਹਾਂ ਹੁਣ ਅਸੀਂ ਮਦਰਬੋਰਡ 'ਤੇ ਜਿਸ ਜਗ੍ਹਾ 'ਤੇ ਲਿਖਿਆ ਹੋਇਆ ਹੈ ਆਡੀਓ 10, ਉਸ ਜਗ੍ਹਾ 'ਤੇ ਹੁਣ ਅਸੀਂ ਇਸ ਕਨੈਕਟਰ ਨੂੰ ਕਨੈਕਟ ਕਰ ਰਹੇ ਹਾਂ। ਹੁਣ ਮੈਂ USB ਕਨੈਕਟਰ ਨੂੰ ਕਨੈਕਟ ਕਰਨ ਜਾ ਰਹੀ ਹਾਂ।
ਇਸ ਲਈ ਇਸ ਨੂੰ ਕਨੈਕਟ ਕਰਨ ਤੋਂ ਪਹਿਲਾਂ ਸਾਨੂੰ ਸਭ ਤੋਂ ਪਹਿਲਾਂ ਧਿਆਨ ਰੱਖਣਾ ਪਵੇਗਾ ਕਿ ਇਸ ਦੀ ਕਿਹੜੀ ਹੋਲ ਕਲੋਜ਼ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਸ ਵਿੱਚ ਜੋ ਫਸਟ ਹੋਲ ਸਾਨੂੰ ਦਿਖਾਈ ਦੇ ਰਹੀ ਹੈ ਉਹ ਕਲੋਜ਼ ਹੈ ਅਤੇ ਬਾਕੀ ਦੀਆਂ ਜੋ ਹੋਲਸ ਨੇ ਉਹ ਪ੍ਰੋਪਰ ਓਪਨ ਹਨ। ਇਸੇ ਤਰ੍ਹਾਂ ਹੀ ਅਸੀਂ ਮਦਰਬੋਰਡ ਦੇ ਉੱਪਰ ਉਹ ਪਿੰਸ ਦੇਖਾਂਗੇ ਜਿਸ ਵਿੱਚ ਜੋ ਫਸਟ ਪਿੰਨ ਹੈ ਉਹ ਨਾ ਹੋਵੇ ਅਤੇ ਬਾਕੀ ਸਾਰੀਆਂ ਜੋ ਪਿੰਸ ਨੇ ਉਹ ਆਪਣੀ ਜਗ੍ਹਾ 'ਤੇ ਹੋਣ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਜੋ ਥਰਡ ਨੰਬਰ 'ਤੇ ਪਿੰਸ ਦਿਖਾਈ ਦੇ ਰਹੀਆਂ ਹਨ ਉਸ ਵਿੱਚ ਫਸਟ ਪਲੇਸ ਦੇ ਉੱਪਰ ਪਿੰਨ ਨਹੀਂ ਹੈ, ਇਸ ਲਈ ਮੈਂ ਉਸ ਜਗ੍ਹਾ 'ਤੇ USB ਕਨੈਕਟਰ ਨੂੰ ਕਨੈਕਟ ਕਰ ਰਹੀ ਹਾਂ। ਹੁਣ ਮੈਂ USB ਐਂਡ ਆਡੀਓ ਕਨੈਕਟਰ ਤੋਂ ਬਾਅਦ ਪਾਵਰ LED ਜੋ ਕਨੈਕਟਰ ਹੈ ਉਸਨੂੰ ਕਨੈਕਟ ਕਰਨ ਜਾ ਰਹੀ ਹਾਂ। ਇਸ ਨੂੰ ਕਨੈਕਟ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਪਵੇਗਾ ਕਿ ਕਿਸ ਜਗ੍ਹਾ 'ਤੇ ਅਸੀਂ ਪੋਜ਼ਿਟਿਵ ਸਾਈਡ ਨੂੰ ਕਨੈਕਟ ਕਰਨਾ ਹੈ ਅਤੇ ਕਿਸ ਸਾਈਡ 'ਤੇ ਅਸੀਂ ਨੈਗੇਟਿਵ ਸਾਈਡ ਨੂੰ ਕਨੈਕਟ ਕਰਨਾ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਮਦਰਬੋਰਡ ਦੇ ਉੱਪਰ ਵੀ ਆਲਰੇਡੀ ਲਿਖਿਆ ਨਜ਼ਰ ਆ ਰਿਹਾ ਹੈ ਕਿ ਕਿਸ ਜਗ੍ਹਾ 'ਤੇ ਅਸੀਂ ਜੋ ਪੋਜ਼ਿਟਿਵ ਸਾਈਡ ਹੈ ਉਸਨੂੰ ਕਨੈਕਟ ਕਰਨਾ ਹੈ ਅਤੇ ਕਿਸ ਨੂੰ ਅਸੀਂ ਨੈਗੇਟਿਵ ਸਾਈਡ 'ਤੇ ਕਨੈਕਟ ਕਰਨਾ ਹੈ। ਕਿਸੇ ਟਾਈਮ ਕੀ ਹੁੰਦਾ ਹੈ ਕਿ ਇਸ ਦੇ ਨਾਮ ਉੱਪਰ ਨਹੀਂ ਲਿਖਿਆ ਹੁੰਦਾ ਕਿ ਪੋਜ਼ਿਟਿਵ ਕਿਹੜੀ ਵਾਇਰ ਹੈ ਅਤੇ ਨੈਗੇਟਿਵ ਵਾਇਰ ਕਿਹੜੀ ਹੈ। ਇਸ ਲਈ ਇਸ ਨੂੰ ਚੈੱਕ ਕਰਨ ਲਈ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਕਿ ਜਿਸ ਜਗ੍ਹਾ 'ਤੇ ਸਾਨੂੰ ਸਮਾਲ ਐਰੋ ਨਜ਼ਰ ਆ ਰਿਹਾ ਹੋਵੇ, ਇਸ ਦਾ ਮਤਲਬ ਕਿ ਉਹ ਸਾਡੀ ਪੋਜ਼ਿਟਿਵ ਸਾਈਡ ਹੈ। ਜਿਸ ਜਗ੍ਹਾ 'ਤੇ ਸਾਨੂੰ ਐਰੋ ਨਜ਼ਰ ਨਾ ਆ ਰਿਹਾ ਹੋਵੇ, ਇਸ ਦਾ ਮਤਲਬ ਉਹ ਨੈਗੇਟਿਵ ਸਾਈਡ ਹੈ। ਇਸੇ ਤਰ੍ਹਾਂ ਹੁਣ ਮੈਂ ਪਾਵਰ LED ਨੂੰ ਮੈਂ ਫਸਟ ਪਿੰਨ ਵਿੱਚ ਕਨੈਕਟ ਕਰਨ ਜਾ ਰਹੀ ਹਾਂ। ਇਸ ਤਰ੍ਹਾਂ ਮਦਰਬੋਰਡ ਦੇ ਉੱਪਰ ਅਸੀਂ ਪਾਵਰ LED ਨੂੰ ਜੋ ਹੈ ਕਨੈਕਟ ਕਰ ਦਿੱਤਾ ਹੈ। ਹੁਣ ਮੈਂ ਪਾਵਰ LED ਤੋਂ ਬਾਅਦ ਹਾਰਡ ਡਰਾਈਵ LED ਨੂੰ ਕਨੈਕਟ ਕਰਨ ਜਾ ਰਹੀ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਸ ਦੇ ਉੱਪਰ ਵੀ ਸਾਡੇ ਕੋਲ ਪੋਜ਼ਿਟਿਵ ਐਂਡ ਨੈਗੇਟਿਵ ਸਾਈਨ ਜੋ ਹੈ ਦਿਖਾਈ ਦੇ ਰਿਹਾ ਹੈ, ਪਰ ਜੇਕਰ ਫਿਰ ਵੀ ਤੁਹਾਨੂੰ ਸਮਝ ਨਾ ਆ ਰਹੀ ਹੋਵੇ ਕਿ ਕਿਸ ਸਾਈਡ ਨੂੰ ਅਸੀਂ ਪੋਜ਼ਿਟਿਵ ਸਾਈਡ 'ਤੇ ਲਗਾਉਣਾ ਹੈ ਅਤੇ ਕਿਸ ਨੂੰ ਨੈਗੇਟਿਵ ਸਾਈਡ 'ਤੇ, ਉਸ ਲਈ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਪਿਛਲੀ ਸਾਈਡ ਉੱਪਰ ਇੱਕ ਸਮਾਲ ਐਰੋ ਸਾਨੂੰ ਦਿਖਾਈ ਦੇ ਰਿਹਾ ਹੈ। ਜਿਸ ਜਗ੍ਹਾ 'ਤੇ ਸਾਨੂੰ ਸਮਾਲ ਐਰੋ ਜੋ ਹੈ ਨਜ਼ਰ ਆਵੇ, ਇਸ ਦਾ ਮਤਲਬ ਕਿ ਉਹ ਪੋਜ਼ਿਟਿਵ ਸਾਈਡ ਹੈ, ਅਤੇ ਜਿਸ ਜਗ੍ਹਾ 'ਤੇ ਸਾਨੂੰ ਕੋਈ ਵੀ ਐਰੋ ਨਜ਼ਰ ਨਾ ਆ ਰਿਹਾ ਹੋਵੇ ਤਾਂ ਇਸ ਦਾ ਮਤਲਬ ਉਹ ਨੈਗੇਟਿਵ ਸਾਈਡ ਹੈ। ਹੁਣ ਮੈਂ ਹਾਰਡ ਡਰਾਈਵ LED ਕਨੈਕਟਰ ਨੂੰ ਕਨੈਕਟ ਕਰਨ ਜਾ ਰਹੀ ਹਾਂ। ਹੁਣ ਮੈਂ ਪਾਵਰ ਸਵਿੱਚ ਕਨੈਕਟਰ ਨੂੰ ਮਦਰਬੋਰਡ ਦੇ ਨਾਲ ਕਨੈਕਟ ਕਰਨ ਜਾ ਰਹੀ ਹਾਂ। ਜਿਵੇਂ ਕਿ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਜੇਕਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਸਾਈਡ ਨੂੰ ਅਸੀਂ ਪੋਜ਼ਿਟਿਵ ਸਾਈਡ 'ਤੇ ਕਨੈਕਟ ਕਰਨਾ ਹੈ ਅਤੇ ਕਿਸ ਨੂੰ ਅਸੀਂ ਨੈਗੇਟਿਵ ਸਾਈਡ 'ਤੇ, ਉਸ ਲਈ ਤੁਸੀਂ ਇਸ ਦੇ ਬੈਕ ਸਾਈਡ 'ਤੇ ਜਿਸ ਜਗ੍ਹਾ 'ਤੇ ਐਰੋ ਦਾ ਸਾਈਨ ਹੋਵੇ ਉਸ ਨੂੰ ਅਸੀਂ ਪੋਜ਼ਿਟਿਵ ਸਾਈਡ ਨਾਲ ਕਨੈਕਟ ਕਰਾਂਗੇ ਅਤੇ ਜਿਸ ਜਗ੍ਹਾ 'ਤੇ ਸਾਨੂੰ ਕੋਈ ਵੀ ਐਰੋ ਨਜ਼ਰ ਨਾ ਆ ਰਿਹਾ ਹੋਵੇ ਉਸ ਨੂੰ ਅਸੀਂ ਨੈਗੇਟਿਵ ਸਾਈਡ 'ਤੇ ਕਨੈਕਟ ਕਰਾਂਗੇ। ਹੁਣ ਮੈਂ ਪਾਵਰ ਸਵਿੱਚ ਕਨੈਕਟਰ ਨੂੰ ਕਨੈਕਟ ਕਰਨ ਜਾ ਰਹੀ ਹਾਂ। ਅਤੇ ਇਸ ਤਰੀਕੇ ਨਾਲ ਅਸੀਂ ਫਰੰਟ ਪੈਨਲ ਜੋ ਕਨੈਕਟਰ ਨੇ ਉਹਨਾਂ ਨੂੰ ਮਦਰਬੋਰਡ ਦੇ ਨਾਲ ਕਨੈਕਟ ਕਰ ਸਕਦੇ ਹਾਂ।